ਪੋਸਟ ਦੀ ਖੇਤੀ ਨੂੰ ਲੈ ਕੇ, ਫਿਲਮ ਦੀ ਖੇਤੀ ਨੂੰ ਲੈ ਕੇ, ਅਤੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈ ਇਸਦੀ। ਸਿੰਥੈਟਿਕ ਨਸ਼ੇ ਨੇ ਸਾਡੀਆਂ ਜਵਾਨੀਆਂ ਖਤਮ ਕਰਕੇ ਰੱਖਤੀਆਂ। ਅੱਜ ਬੇਬੀ ਬੱਚਾ ਟਿਊਬ ਜਿਹੜਾ ਉਹ 136 ਹੌਸਪੀਟਲ ਸਾਡੇ ਪੰਜਾਬ 'ਚ ਬਣ ਗਏ ਆ, ਉਹ ਕਿੱਡੀ ਸ਼ਰਮ ਦੀ ਗੱਲ ਆ। ਜਦੋਂ ਫੀਮ ਭੁੱਕੀ ਦੇ ਠੇਕੇ ਸੀ ਪੰਜਾਬ 'ਚ, ਉਦੋਂ ਲੋਕਾਂ ਦੀਆਂ ਮੌਤ ਕਿੰਨੀ ਕੁ ਹੋਈ। ਰਾਜਸਥਾਨ ਦੇ ਵਿੱਚ ਠੇਕਾ ਆ, ਉੱਥੇ ਮੌਤ ਕਿੰਨੀ ਕੁ ਹੋਈ। ਆਪਣੇ MP ਮੱਧ ਪ੍ਰਦੇਸ਼ ਦੇ ਵਿੱਚ ਠੇਕੀ, ਉੱਥੇ ਮੌਤ ਕਿੰਨੀ ਕੁ ਹੁੰਦੀ ਆ। ਸਿੰਥੈਟਿਕ ਨਸ਼ਾ, ਟੀਕੇ, ਇਹ ਜਿਹੜੀਆਂ ਸਮੈਕਾਂ, ਇਹ ਖਾ ਕੇ ਜ਼ਰੂਰ ਬੱਚੇ ਮਰੇ ਆ। ਹਾਰਟ ਦੀ ਪ੍ਰੋਬਲਮ ਆਉਂਦੀ ਅਗਲਾਂ ਦਾ ਵੀ ਤੁਹਾਡੀ ਥੋੜ੍ਹੀ ਜਿਹੀ ਤੋਂ ਫੀਮ ਲੈ ਕੇ ਖਵਾ ਲਾਂ। ਹਰ ਇੱਕ ਬੰਦਾ ਫੀਮ ਦੀ ਤੁਹਾਨੂੰ ਡਾਕਟਰ ਆ ਚਾਹੇ ਕੋਈ ਵੀ ਬੰਦਾ ਉੱਧਰ ਜਾਣ ਵਾਸਤੇ ਕਹੂਗਾ, ਅਤੇ ਉਹਦੀ ਖੇਤੀ ਹੋ ਜੂਗੀ। ਜੇ ਕਿਸੇ ਨੇ ਖਾਣੀ ਖਾਵੇ, ਨਹੀਂ ਖਾਣੀ ਨਾ ਖਾਵੇ, ਭੁੱਕੀ ਫੀਮ ਦੇ ਨਾਲ ਉਹਨਾਂ ਦੀ ਜਾਨ ਬਚ ਸਕਦੀ ਆ, ਜੋ ਉਹਨਾਂ ਦੇ ਸਰੀਰ ਦੀਆਂ ਘਾਟਾਂ ਉਹ ਪੂਰੀਆਂ ਹੋ ਸਕਦੀਆਂ। ਵਿਧਾਨ ਸਭਾ ਦੇ ਵਿੱਚ ਪੋਸਟ ਦੀ ਖੇਤੀ ਨੂੰ ਲੈ ਕੇ, ਫੀਮ ਦੀ ਖੇਤੀ ਨੂੰ ਲੈ ਕੇ ਚਰਚਾ ਹੋਈ ਹੈ। MLA ਹਰਮੀਤ ਸਿੰਘ ਪਠਾਨਾ ਮਾਜਰਾ ਸਾਡੇ ਨਾਲ ਮੌਜੂਦ ਨੇ। MLA ਸਾਹਿਬ, ਕਿਵੇਂ, ਕਿਉਂ ਲੋੜ ਪੈ ਗਈ ਵਿਧਾਨ ਸਭਾ ਦੇ ਵਿੱਚ ਚਰਚਾ ਕਰਨ ਦੀ? ਕਿਉਂਕਿ ਆਮ ਚਰਚਾ ਬਾਹਰ ਤਾਂ ਹੁੰਦੀ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਇਸ 'ਤੇ ਚਰਚਾ ਕਰਦੇ ਨੇ, ਪੋਸਟ ਦੀ ਖੇਤੀ ਨੂੰ ਲੈ ਕੇ, ਫੀਮ ਦੀ ਖੇਤੀ ਨੂੰ ਲੈ ਕੇ, ਅੱਜ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈ ਇਸਦੀ, ਤੁਸੀਂ ਚਰਚਾ ਕੀਤੀ ਹੈ? ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ, ਜੋ ਲੋਕਾਂ ਦੀ ਡਿਮਾਂਡ ਹੁੰਦੀ ਉਹ ਸਾਡਾ ਫਰਜ਼ ਬਣਦਾ ਵੀ ਆਣ ਕੇ ਇੱਥੇ ਅਸੀਂ ਉਹ ਚੀਜ਼ ਨੂੰ ਆਵਾਜ਼ ਚੁੱਕੀਏ। ਅੱਜ ਸਾਡੇ ਸਿੰਥੈਟਿਕ ਨਸ਼ੇ ਨੇ ਸਾਡੀਆਂ ਜਵਾਨੀਆਂ ਖਤਮ ਕਰਕੇ ਰੱਖਤੀਆਂ। ਅੱਜ ਬੇਬੀ ਬੱਚਾ ਟਿਊਬ ਜਿਹੜਾ ਉਹ 136 ਹੌਸਪੀਟਲ ਸਾਡੇ ਪੰਜਾਬ 'ਚ ਬਣ ਗਿਆ, ਉਹ ਕਿੱਡੀ ਸ਼ਰਮ ਦੀ ਗੱਲ ਆ। ਇਹ ਜਿਹੜਾ ਸਿੰਥੈਟਿਕ ਨਸ਼ਾ, ਉਹਨੇ ਸਾਡੀ ਅਗਲੀ ਜਿਹੜੀ ਜਵਾਨੀ ਆ ਉਹ ਸਾਰੀ ਖਤਮ ਕਰਕੇ ਰੱਖਤੀ ਆ। ਜਦੋਂ ਪਹਿਲਾਂ ਫੀਮ ਭੁੱਕੀ ਦੇ ਠੇਕੇ ਸੀ ਪੰਜਾਬ 'ਚ, ਉਦੋਂ ਲੋਕਾਂ ਦੀਆਂ ਮੌਤ ਕਿੰਨੀ ਕੁ ਹੋਈ। ਰਾਜਸਥਾਨ ਦੇ ਵਿੱਚ ਠੇਕਾ ਆ, ਉੱਥੇ ਮੌਤ ਕਿੰਨੀ ਕੁ ਹੋਈ। ਆਪਣੇ MP ਮੱਧ ਪ੍ਰਦੇਸ਼ ਦੇ ਵਿੱਚ ਠੇਕੀ, ਉੱਥੇ ਮੌਤ ਕਿੰਨੀ ਕੁ ਹੁੰਦੀ ਆ। ਜਿਹੜੀਆਂ ਵੀ ਸਟੇਟਾਂ ਦੇ ਵਿੱਚ ਨਸ਼ੇ ਆ, ਮੈਂ ਨਹੀਂ ਕੁਝ ਦੇਖਿਆ ਵੀ ਅੱਜ ਤੱਕ ਕੋਈ ਭੁੱਕੀ ਫੀਮ ਨਾ ਖਾਧਾ। ਤੁਸੀਂ ਵੀ ਪੱਤਰਕਾਰ ਹੋ, ਤੁਹਾਡੇ ਕੋਲ ਸਭ ਤੋਂ ਵੱਧ, ਤੁਸੀਂ ਹਰ ਇੱਕ ਉਹਦੇ ਕੋਲ ਜਾਂਦੇ ਹੋ, ਤੁਸੀਂ ਅੱਜ ਤੱਕ ਕੋਈ ਨਹੀਂ ਦੱਸ ਸਕਦੇ ਵੀ ਆਹ ਫੀਮ ਖਾ ਕੇ ਬੰਦਾ ਮਰ ਗਿਆ, ਭੁੱਕੀ ਖਾ ਕੇ ਮਰ ਗਿਆ। ਸਿੰਥੈਟਿਕ ਨਸ਼ਾ, ਟੀਕੇ, ਇਹ ਜਿਹੜੀਆਂ ਸਮੈਕਾਂ, ਇਹ ਖਾ ਕੇ ਜ਼ਰੂਰ ਬੱਚੇ ਮਰੇ ਆ। ਇਹ ਜਿਹੜੇ ਅਸੀਂ ਗੱਲ ਕਰਦੇ ਹਾਂ, ਇਹ ਤੋੜ ਆ ਇੱਕ ਸਰੀਰ ਦੀ, ਜਿਹੜਾ ਇਸ ਚੀਜ਼ ਦੀ, ਇਹਦੀ ਤੋੜ ਦਾ ਜਿਹੜਾ ਦੂਸਰਾ ਪਾਸਾ ਆ ਉਹ ਫੀਮ ਭੁੱਕੀ ਆ। ਜੇ ਬੰਦੇ ਨੂੰ ਇਹਨੂੰ ਅਸੀਂ ਬੰਦ ਕਰ ਦਾਂਗੇ ਬਿਲਕੁਲ, ਉਹ ਬਿਲਕੁਲ ਇਹ 'ਤੇ ਕਨਵਰਟ ਹੋ ਜਾਣਗੇ। ਉਹ ਇਹ 'ਤੇ ਆਣ ਕੇ ਫੀਮ ਭੁੱਕੀ ਛੱਡੀ ਜਾ ਸਕਦੀ ਆ। ਸਮੈਕ ਆਪਣੇ ਲੋਕਾਂ ਨੇ ਬੱਚੇ ਫੜਾ ਫੜਾ ਕੇ ਵੇਖ ਲਿਆ, ਚੁਕਾ ਕੇ ਵੀ ਵੇਖ ਲਿਆ ਸੈਂਟਰਾਂ ਦੇ ਵਿੱਚ, ਪਰ ਉਹ ਕਿਸੇ ਉਹਨਾਂ ਦੇ ਕੰਮ ਨਹੀਂ ਆਇਆ। ਆਉਂਦੇ ਹੀ ਬਾਹਰ ਉਹ ਫਿਰ ਦੁਬਾਰਾ ਲੱਗ ਜਾਂਦੇ ਆ। ਭੁੱਕੀ ਫੀਮ ਦੇ ਨਾਲ ਉਹਨਾਂ ਦੀ ਜਾਨ ਬਚ ਸਕਦੀ ਆ, ਜੋ ਉਹਨਾਂ ਦੇ ਸਰੀਰ ਦੀਆਂ ਘਾਟਾਂ ਉਹ ਪੂਰੀਆਂ ਹੋ ਸਕਦੀਆਂ। ਇਹ ਜਿਹੜਾ ਇੱਕ ਸਾਡਾ ਰੈਵੀਨਿਊ ਵੱਧ ਸਕਦਾ ਆ, ਅਤੇ ਸਾਡੇ ਜਿਹੜੇ ਬੱਚੇ ਉਹ ਬਚ ਸਕਦੇ। ਮੈਂ ਗਰੰਟੀ ਦਿੰਦਾ ਵੀ ਫੀਮ ਭੁੱਕੀ ਖਾ ਕੇ ਕੋਈ ਨਹੀਂ ਬੰਦਾ ਮਰਦਾ। ਤੁਹਾਨੂੰ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਚਰਚਾ ਇਹ ਲਾਹੇਵੰਦ ਰਹੇਗੀ? ਚਲੋ ਬਹੁਤ ਸਾਰੇ ਵਿਧਾਇਕ ਭਾਵੇਂ ਤੁਹਾਡੇ ਹੱਕ ਦੇ ਵਿੱਚ ਆਏ ਨੇ, ਮਨਜੀਤ ਸਿੰਘ ਬਿਲਾਸਪੁਰ ਉਹਨਾਂ ਨੇ ਵੀ ਕਿਹਾ, ਕੁਲਜੀਤ ਸਿੰਘ ਰੰਧਾਵਾ ਉਹਨਾਂ ਨੇ ਵੀ ਕਿਹਾ, ਕਹਿਣ ਲੱਗਦਾ ਕਿ ਇਹ ਤਾਂ ਸਮਾਂ ਵੀ ਤਾਂ ਬਹੁਤ ਲੱਗੇਗਾ। ਜਿਵੇਂ ਖੇਤੀਬਾੜੀ ਮੰਤਰੀ ਉਹਨਾਂ ਨੇ ਕਿਹਾ ਕਿ ਇਹ ਨਸ਼ਾ ਇਸ ਕਰਕੇ ਇਹ ਤਜਵੀਜ਼ ਦੇ ਵਿੱਚ ਅਜੇ ਨਹੀਂ ਹੈਗੀ ਇਹ ਚੀਜ਼। ਜਦੋਂ ਕੋਈ ਵੀ ਚੀਜ਼ ਦੀ ਨੀਂਹ ਰੱਖਦੇ ਆ ਨਾ, ਉਹ ਬਣਦੀ 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 ਇੱਟ 'ਤੇ ਇੱਟ ਰੱਖ ਕੇ ਵੱਡਾ ਮਕਾਨ ਬਣਦਾ। ਇੱਕੋ ਦਮ ਤਾਂ ਨਹੀਂ ਵੀ ਆਹ ਬਿਲਡਿੰਗ ਬਣਾਉਣੀ, ਇੱਕੋ ਦਮ ਬਣ ਜਾਣੀ ਆ। ਅੱਜ ਅਸੀਂ ਸ਼ੁਰੂਆਤ ਕਰਤੀ ਇਹਦਾ, ਜੇ ਆਪਾਂ ਸਰਕਾਰਾਂ ਨੂੰ ਲੱਗੂਗਾ ਵੀ ਇਹਦਾ ਫਾਇਦਾ ਹੈਗਾ, ਬੱਚੇ ਲੋਕਾਂ ਦੇ ਬਚ ਸਕਦੇ ਆ, ਲੋਕ ਰਿਸਪੋਂਸ ਵਧੀਆ ਦੇਣਗੇ, ਅਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸਰਕਾਰ ਇਹਨੂੰ ਡਿਨਾਏ ਕਰੂਗੀ, ਇਹਨੂੰ ਛੇਤੀ ਤੋਂ ਛੇਤੀ ਲਾਗੂ ਕਰੂਗੀ। ਜਦੋਂ ਤੁਹਾਡੇ ਗੁਆਂਢ ਹਿਮਾਚਲ ਸ਼ੁਰੂ ਕਰਨ ਜਾ ਰਿਹਾ, ਤਾਂ ਸਾਨੂੰ ਸ਼ੁਰੂ ਕਰਨ 'ਚ ਕੀ ਅਰਜਾ? ਤੁਸੀਂ ਰਾਜਸਥਾਨ ਦੀ ਵੀ ਗੱਲ ਕੀਤੀ, ਹਿਮਾਚਲ ਦੀ ਗੱਲ ਕੀਤੀ, ਰਾਜਸਥਾਨ ਦੇ ਵਿੱਚ ਵੀ ਕੁਝ ਕੁ ਮਾਤਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਪਰਮਿਟ ਮਿਲਿਆ ਹੋਇਆ, ਅਤੇ ਉਹ ਵੀ ਰਾਜਸਥਾਨ ਦੇ ਕਿਸਾਨ ਕਹਿ ਰਹੇ ਨੇ ਇਹ ਵੀ ਬੰਦ ਕਰਨ ਦੀ ਤਿਆਰੀ ਦੇ ਵਿੱਚ ਆ, ਕਿਉਂਕਿ ਬਾਹਰ ਤੋਂ ਇਹ ਚੀਜ਼ਾਂ ਇੰਪੋਰਟ ਕਰਵਾਈਆਂ ਜਾ ਰਹੀਆਂ ਨੇ। ਨਹੀਂ ਜੀ, ਹੋ ਸਕਦੀ ਸਾਡੀ ਹਰ ਇੱਕ ਦਵਾਈ ਦੇ ਵਿੱਚ ਇਹ ਫੀਮ ਪੈਂਦੀ ਆ, ਹਰ ਇੱਕ ਦਵਾਈ 'ਚ। ਕਿਸੇ ਵੀ ਡਾਕਟਰ ਤੋਂ ਰਾਏ ਲਓ, ਡਾਕਟਰ ਧਰਮਵੀਰ ਗਾਂਧੀ ਨੇ ਮੁੱਦਾ ਚੁੱਕਿਆ ਸੀ ਦਿੱਲੀ, ਉਹ ਤਾਂ ਡਾਕਟਰ ਹੈ ਨਾ ਹਾਰਟ ਦਾ,
ਡਾਕਟਰ ਆ, ਕਿਸੇ ਨੂੰ ਅੱਜ ਹਾਰਟ ਦੀ ਪ੍ਰੋਬਲਮ ਆਉਂਦੀ ਅਗਲਾ ਦਾ ਵੀ ਤੁਹਾਡੇ ਥੋੜ੍ਹੀ ਜਿਹੀ ਤੋਂ ਫੀਮ ਲੈ ਕੇ ਖਵਾ ਲਾਂ, ਹਰ ਇੱਕ ਬੰਦਾ ਫੀਮ ਦੀ ਤੁਹਾਨੂੰ ਡਾਕਟਰ ਆ ਚਾਹੇ ਕੋਈ ਵੀ ਬੰਦਾ ਉੱਧਰ ਜਾਣ ਵਾਸਤੇ ਕਹੂਗਾ ਅਤੇ ਉਹਦੀ ਜੇ ਖੇਤੀ ਹੋ ਜੂਗੀ, ਜੇ ਕਿਸੇ ਨੇ ਖਾਣੀ ਖਾਵੇ ਨਹੀਂ ਖਾਣੀ ਨਾ ਖਾਵੇ, ਜਿਵੇਂ ਠੇਕੇ ਆ ਸ਼ਰਾਬ ਦੇ, ਕਿਸੇ ਦਾ ਜੀ ਕਰਦਾ ਪੀਵੇ ਜੀ ਕਰਦਾ ਨਾ ਪਵੇ, ਜ਼ਰੂਰੀ ਨਹੀਂ ਜਿਹੜੇ ਠੇਕੇ ਆ ਉੱਥੇ ਜ਼ਰੂਰੀ ਭੁੱਕੀ ਫੀਮ ਖਾਣੀ ਜ਼ਰੂਰੀ ਆ। ਹੁਣ ਰਾਜਸਥਾਨ 'ਚ ਮੈਂ ਨਹੀਂ ਦੇਖਿਆ ਵੀ ਕੋਈ ਨਸ਼ੇੜੀ ਆ, ਕੋਈ MP ਦੇ ਵਿੱਚ ਨਸ਼ੇੜੀ ਆ, ਮੇਰੀਆਂ ਜ਼ਮੀਨਾਂ ਉੱਥੇ ਕੋਈ ਬੰਦੇ ਨੂੰ ਰੂਟੀਨ 'ਚ ਖੋਲ੍ਹਿਆ, ਜੇ ਕਿਸੇ ਨੂੰ ਲੋੜ ਆ ਜਾਵੇ ਨਹੀਂ ਤਾਂ ਨਾ ਜਾਵੇ। ਡਰੱਗ ਦੀ ਗੱਲ ਕੀਤੀ, ਉਹ ਵੀ ਬੰਦ ਕਰਨਾ ਸਰਕਾਰ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ, ਕਮੈਂਟ 'ਚ ਹੀ ਬੰਦ ਹੋ ਜੂਗਾ। ਜਿਹੜੇ ਬੰਦੇ ਨੂੰ ਪਤਾ ਹੋਊ ਵੀ ਜਿਹੜੇ ਮੇਰੀ ਸਰੀਰ ਦੀ ਘਾਟ ਆ, ਇੱਥੋਂ ਮੇਰੀ ਜਾਨ ਬਚ ਸਕਦੀ ਆ, ਇੱਥੇ ਮੇਰੀ ਜਾਨ ਜਾਣੀ ਆ, ਅਤੇ ਕੋਈ ਵੀ ਬੰਦਾ ਜਾਨ ਜਾਣ ਵਾਲੇ ਬੰਦਾ ਬੰਨੇ ਨਹੀਂ ਜਾਂਦਾ, ਜਾਨ ਬਚਾਉਣ ਵਾਲੇ ਬੰਨੇ ਜਾਊਗਾ। ਸਿੰਥੈਟਿਕ ਨਸ਼ੇ ਕੋਈ ਅਸੀਂ ਬੜਕਾ ਮਾਰ ਲਈਏ ਵੀ ਅਸੀਂ ਬੰਦ ਕਰ ਲਾਂਗੇ, ਕੋਈ ਨਹੀਂ ਕਰ ਸਕਦਾ, ਕੋਈ ਸਰਕਾਰ ਨਹੀਂ ਕਰ ਸਕਦੀ। ਇਹ ਤਾਂ ਬੰਦ ਹੋ ਸਕਦੀ ਆ ਜੇ ਸਮੈਕ ਦੀ ਘਾਟ ਫੀਮ ਭੁੱਕੀ ਜਾਊਗੀ। ਸਪੀਕਰ ਸਾਹਿਬ ਦੇ ਸਵਾਲ ਤੋਂ ਬਾਅਦ ਫੌਜਾ ਸਿੰਘ ਸਰਾਲੀ ਹੋਣਾ ਜਵਾਬ ਦਿੱਤਾ ਕਿ ਗਿਆਨੀ ਜੈਲ ਸਿੰਘ ਹੋਣਾ ਵੇਲੇ ਇਹ ਬੰਦ ਕਰਵਾਈ ਗਈ ਸੀ ਕਿ ਪੰਜਾਬ ਦੇ ਨੌਜਵਾਨ ਖੇਡ ਮੁਕਾਬਲਿਆਂ ਦੇ ਵਿੱਚ ਅੱਗੇ ਨੇ, ਪੰਜਾਬ ਦੇ ਨੌਜਵਾਨ ਫੌਜ ਦੇ ਵਿੱਚ ਅੱਗੇ ਨੇ, ਸਿੱਖ ਰੈਜੀਮੈਂਟ ਆ, ਇਸ ਕਰਕੇ ਬੰਦ ਕਰਵਾਈ ਸੀ ਕਿ ਇਹ ਨਸ਼ਾ ਜਿਹੜਾ ਉਹ ਲੱਗ ਨਾ ਜਾਵੇ ਉਹਨਾਂ ਨੂੰ। ਤੁਸੀਂ ਇਹ ਦੱਸੋ, ਚਲੋ ਮੈਂ ਉਹਨਾਂ ਦੀ ਸਾਥੀ MLA ਵੱਡੀ ਗੱਲ ਕਰਦਾ ਸੁਣੋ, ਇਹ ਜਿਹੜੇ ਉਦੋਂ ਬਾਅਦ ਸਾਡਾ ਜਿਹੜਾ ਪੰਜਾਬ ਦਾ ਨਾਂ ਆ ਉਹ ਖਤਮ ਹੋਇਆ ਕਿ ਆਇਆ? ਪਹਿਲੋਂ ਸਾਡੇ ਕਿੱਡੇ ਕਿੱਡੇ ਵਧੀਆ ਵਧੀਆ ਖਿਡਾਰੀ ਨਿਕਲੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਸੀ। ਅੱਜ ਸਾਡੇ ਕੋਲ ਕੋਈ ਖਿਡਾਰੀ ਨਹੀਂ ਲੱਭਦਾ, ਜਿਹੜਾ ਵੀ ਕੋਈ ਕਬੱਡੀ ਖੇਡ ਰਿਹਾ ਜਾਂ ਕੁਛ ਕਰ ਰਿਹਾ ਕੋਈ, ਉਹ ਕੋਈ ਨਾ ਕੋਈ ਇਸ ਬੰਨੇ ਨੂੰ ਜਾਂਦਾ ਆਪਣਾ ਸਰੀਰ ਐਕਟਿਵ ਕਰਨ ਨੂੰ। ਫੀਮ ਭੁੱਕੀ ਦੇ ਨਾਲ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ, ਨਾ ਕੋਈ ਮਰਿਆ ਨਾ ਕੋਈ ਮਰੇ। ਤੁਹਾਨੂੰ ਲੱਗਦਾ ਅੱਗੇ ਕਿੰਨੀ ਕੁ ਇਹਦੀ ਚਰਚਾ ਹੋਵੇਗੀ, ਕਿਉਂਕਿ ਇੱਥੇ ਨਾ ਵਿਧਾਨ ਸਭਾ ਦੇ ਵਿੱਚ ਮੁੱਦਾ ਚਰਚਾ ਹੋਊਗੀ, ਦੋ ਚਾਰ ਮੇਰੇ ਉਲਟ ਜਾਣਗੇ ਤਾਂ 100 ਬੰਦਾ ਮੇਰੇ ਹੱਕ 'ਚ ਆਊਗਾ। ਤੁਸੀਂ ਜਦੋਂ ਪਬਲਿਕ 'ਚ ਜਾਓਗੇ, ਇਹ ਜਿੰਨੇ ਵੀ ਅੰਦਰ ਬੈਠੇ MLA ਚਾਹੇ MP ਆ, ਇਹਨਾਂ ਨੂੰ ਸਭ ਨੂੰ ਡਿਮਾਂਡ ਇੱਕੋ ਲੋਕ ਕਰਦੇ ਵੀ ਇਹਦੇ ਖੇਤੀ ਖਿਲਾਓ। ਇੱਥੇ ਆਣ ਕੇ ਕੋਈ ਐਪਲੀਕੇਸ਼ਨ ਦੇਣ ਦੀ ਜ਼ਰੂਰਤ ਨਹੀਂ ਕਰਦਾ, ਕੁਐਸਚਨ ਲਾਉਣ ਦੀ ਜ਼ਰੂਰਤ ਨਹੀਂ ਕਰਦਾ। ਮੈਂ ਕੁਐਸਚਨ ਲਾਇਆ ਤਾਂ ਮੈਨੂੰ ਸਾਰਿਆਂ ਬੰਦਿਆਂ ਨੇ ਆਖਿਆ ਵੀ ਯਾਰ ਤੂੰ ਜ਼ਰੂਰਤ ਕੀਤੀ, ਅਸੀਂ ਤੇਰੇ ਸਾਰੇ ਸਮਰਥਕ ਆ, ਅਤੇ ਸਾਰਿਆਂ ਨੇ ਮੇਜ਼ ਥਪਥਪਾਇਆ, ਤੁਸੀਂ ਜਾ ਕੇ ਵੇਖ ਲਿਓ। ਠੀਕ ਹੈ ਕਿ ਨਹੀਂ, ਇਹਦੇ ਲੋਕ ਹਮਾਇਤੀ ਆ, ਉਲਟ ਕੋਈ ਨਹੀਂ ਗਾ। ਸਾਡੇ ਸਾਥੀ MLA ਉਹਨਾਂ ਕਿੰਨਾ ਕੁ ਹੋਰ 10 ਬੰਦੇ ਤਾਂ ਮੇਰੇ ਹੱਕ 'ਚ ਬੋਲੇ, ਬਾਕੀ ਸਾਰੇ ਹੀ ਕਾਂਗਰਸੀ ਅਕਾਲੀ ਸਭ ਸਹਿਮਤ ਆ। ਤੁਹਾਨੂੰ ਲੱਗਦਾ ਬਹੁਤ ਸਾਰੇ, ਚਲੋ ਜਿਹੜਾ ਸੇਵਨ ਵੀ ਕਰਦੇ ਹੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹ ਸੇਵਨ ਕਰਨਾ ਕਿੰਨੇ ਲੱਗ ਵੀ ਜਾਂਦਾ, ਬੰਦਾ ਅਡਿਕਟ ਵੀ ਹੋ ਜਾਂਦਾ, ਉਹ ਵੀ ਮਾੜਾ ਕਿਤੇ ਨਾ ਕਿਤੇ ਹੈਗਾ। ਕੁਛ ਨਹੀਂ ਹੁੰਦਾ, ਇਹ ਤਾਂ ਰੂਟੀਨ ਦੀਆਂ ਗੱਲਾਂ, ਬਜ਼ੁਰਗ ਖਾਂਦੇ ਰਹੇ ਆ, ਆਪਦਾ ਘਰ ਵੀ ਪਾਲਦੇ ਸੀ, ਠੀਕ ਹੈ ਕਿ ਨਹੀਂ, ਉਦੋਂ ਬਾਅਦ ਉਹ ਘਰ ਚਲਾਉਂਦੇ ਵੀ ਸੀ, ਸਾਰਾ ਕੁਛ ਚੱਲਦਾ ਸੀ। ਕੋਈ ਤੁਸੀਂ ਬਜ਼ੁਰਗ ਪੁਰਾਣਾ ਇਹ ਨਹੀਂ ਕਹਿੰਦੇ ਕਹਿ ਸਕਦਾ ਵੀ ਇਹਨਾਂ ਦਾ ਬੱਚਾ ਬਜ਼ੁਰਗ ਜਿਹੜਾ ਉਹ ਫੀਮ ਖਾ ਕੇ ਮਰ ਗਿਆ, ਭੁੱਕੀ ਖਾ ਕੇ ਮਰ ਗਿਆ ਸੀ। ਅੱਜ ਤੁਸੀਂ ਕਹਿ ਰਹੇ ਹੋ ਵੀ ਫਲਾਣੇ ਦਾ ਬੰਦਾ ਟੀਕੇ ਲਾ ਕੇ ਮਰ ਗਿਆ ਸੀ, ਬਲਾਨੇ ਦਾ ਬੰਦਾ ਸਮੈਕ ਪੀ ਕੇ ਮਰ ਗਿਆ ਸੀ, ਅੱਜ ਸਿੰਥੈਟਿਕ ਨਸ਼ਿਆਂ ਨੂੰ ਟੀਕੇ ਲਾ ਕੇ ਮਰ ਗਿਆ, ਇਹ ਅੱਜ ਕਹਿ ਸਕਦੇ ਹੋ। ਪਹਿਲੇ ਜਿੰਦਾ ਜਦੋਂ ਠੇਕੇ ਸੀ ਉਦੋਂ ਕੋਈ ਨਹੀਂ ਕਹਿ ਸਕਦਾ ਵੀ ਫਲਾਣਾ ਬੰਦਾ ਸਾਡਾ ਮਰ ਗਿਆ ਹੈ। ਲੱਗਦਾ ਕਿ ਸ਼ੁਰੂਆਤ ਦੇ ਵਿੱਚ ਕਿੰਨੇ ਕੁ ਜਗ੍ਹਾ ਦੇ ਉੱਤੇ ਪਰਮਟੇਰਾ ਮਿਲਣਾ ਚਾਹੀਦਾ, ਕਿਉਂ ਜਿਸ ਤਰੀਕੇ ਨਾਲ ਮੈਂ ਵੇਖ ਮੇਰੀ ਸਵਾਲ ਪੂਰਾ, ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਕਿ ਰਾਜਸਥਾਨ ਦੇ ਕਿਸਾਨ ਕਹਿ ਰਹੇ ਨੇ ਕਿ ਇਹ ਫੀਮ ਵੀ ਹੁਣ ਬਾਹਰੋਂ ਇੰਪੋਰਟ ਕਰਵਾਈ ਜਾ ਰਹੀ ਹੈ, ਜਿਸ ਤਰੀਕੇ ਨਾਲ ਬਾਕੀ ਜਿਹੜਾ ਕਿਸਾਨਾਂ ਦੇ ਉੱਤੇ ਮਾਰ ਪੈ ਰਹੀ ਹੈ, ਉਸੇ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਵੀ ਹੁਣ ਫੀਮ ਵਾਲੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਉੱਤੇ ਮਾਰ ਪੈ ਰਹੀ ਹੈ ਕਿ ਬਾਹਰੋਂ ਫੀਮ ਇੰਪੋਰਟ ਕਰਵਾਈ ਜਾਵੇ, ਰਾਜਸਥਾਨ ਦੇ ਵਿੱਚ ਬੰਦ ਕਰਵਾਈ ਜਾਵੇਗੀ। ਉਹੀ ਮੈਂ ਕਹਿ ਰਿਹਾ ਵੀ ਹਰ ਇੱਕ ਦਵਾਈ 'ਚ ਫੀਮ ਪੈਂਦੀ ਆ, ਅਸੀਂ ਬੰਦ ਕਰਾ ਕੇ ਕਿਸੇ ਤੋਂ ਮਹਿੰਗੇ ਭਾਅ ਦੀ ਲੈਣ ਦੀ ਬਜਾਏ ਸਾਡਾ ਜਦੋਂ ਇੱਥੇ ਪੰਜਾਬ 'ਚ ਖੇਤੀ ਹੋ ਸਕਦੀ ਆ, ਸਾਡੀਆਂ ਸਟੇਟਾਂ 'ਚ ਖੇਤੀ ਹੋ ਸਕਦੀ, ਅਸੀਂ ਬਾਹਰ ਚੀਜ਼ ਕਿਉਂ ਲੈਂਦੇ ਹਾਂ? ਸਾਡਾ ਨਾਲੇ ਰੈਵੀਨਿਊ ਵਧੂਗਾ, ਨਾਲੇ ਸਾਡਾ ਜਿਹੜੀ ਚੀਜ਼ ਉਹ ਅਸੀਂ ਆਪ ਪੂਰੀ ਕਰ ਸਕਦੇ ਹਾਂ। ਕੋਈ ਸਾਨੂੰ ਇਹ ਕਿਸੇ ਨੇ ਦੱਸਿਆ ਆ
ਵੀ ਅਸੀਂ ਕਿਸੇ ਹੋਰ ਤੋਂ ਚੀਜ਼ ਮੁੱਲ ਲੈਣੀ ਆ, ਜਿਹੜੀ ਚੀਜ਼ ਸਾਡੇ ਹੀ ਪੈਦਾ ਇੱਥੇ ਕਰ ਸਕਦੇ ਹਾਂ ਸਾਡੇ ਉਹ ਵਧੀਆ ਹੋ ਸਕਦੀ, ਪੈਦਾ ਤਾਂ ਸਾਨੂੰ ਬਾਹਰੋਂ ਮੁੱਲ ਲੈਣ ਦੀ ਲੋੜ ਨਹੀਂ। ਇਹ ਜਿੰਨੇ ਵੀ ਅੱਗੇ ਲੀਡਰ ਕੋਈ ਸਾਡੀ ਵਿਰੋਧਤਾ ਕਰਨਗੇ, ਮੈਂ ਉਹਨਾਂ ਨੂੰ ਚੈਲੇਂਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਬਹਿ ਕੇ ਡਿਬੇਟ ਕਰ ਲੈਣਾ, ਇਹਦੇ 'ਚ ਕੋਈ ਨੁਕਸ ਕੱਢ ਦੇਣਗੇ ਅਤੇ ਮੈਂ ਆਪਣੀ ਚੀਜ਼ ਵਾਪਸ ਆਪਣੇ ਲਫ਼ਜ਼ ਵਾਪਸ ਲਊਂਗਾ, ਨਹੀਂ ਤਾਂ ਉਹਨੂੰ ਹਾਮੀ ਮੈਂ ਭਰਵਾ ਕੇ ਤੋਰੂੰਗਾ। ਮੇਰੇ ਨਾਲ ਉਹ ਹਰ ਇੱਕ ਮੁੱਦੇ 'ਤੇ ਗੱਲ ਕਰ ਲਈ। ਫਿਰ ਚਰਚਾ 'ਚ ਰਹੋਗੇ ਤੁਸੀਂ ਇਸ ਤਰ੍ਹਾਂ ਨੂੰ ਲੈ ਕੇ? ਨਹੀਂ, ਚਲੋ ਚਰਚਾ 'ਚ ਤਾਂ ਬਾਬੇ ਬੁੱਢੇ ਨੇ ਆਪ ਹੀ ਲਈ ਆਉਣਾ। ਤਾਂ ਬਿਲਕੁਲ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਕਿਹਾ ਕਿ ਸਿੰਥੈਟਿਕ ਡਰੱਗ ਤੋਂ ਜੇਕਰ ਬੱਚਿਆਂ ਨੂੰ ਬਚਾਉਣਾ ਹੈ ਤਾਂ ਅਫੀਮ ਦੀ ਖੇਤੀ, ਪੋਸਤਰੀ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਰਨੀ ਪਵੇਗੀ। ਜੇ ਨੌਜਵਾਨ ਜਿਹੜਾ ਕੋਈ ਇਹ ਨਸ਼ਾ ਕਰਦਾ, ਇਹਨਾਂ ਨਸ਼ਿਆਂ ਤੋਂ, ਇਸ ਨਸ਼ੇ ਨੂੰ, ਅਫੀਮ ਦੇ ਨਸ਼ੇ ਨੂੰ ਲੈ ਕੇ, ਪੋਸਤਰੀ ਨਸ਼ੇ ਨੂੰ ਲੈ ਕੇ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਹੈ। ਫਿਲਹਾਲ ਦਿਓ ਇਜਾਜ਼ਤ, ਕੈਮਰਾਮੈਨ ਅਮਨ ਨੰਦਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ, ਚੰਡੀਗੜ੍ਹ।